ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਇਹ ਪਿੰਡ ਸਲਾਣਾ ਖੰਨੇ ਦੇ ਬਿਲਕੁਲ ਨੇੜ ਸ਼੍ਰੀ ਕ੍ਰਿਸ਼ਨਾ ਡੇਅਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਹਾਂ ਅਤੇ ਇੱਥੇ ਇਹਨਾਂ ਦਾ ਵਪਾਰ ਦਾ ਕੰਮ ਹੈ। ਵੈਸੇ ਇੱਥੇ ਫਾਰਮ ਵੀ ਹੈ ਇਹਨਾਂ ਦਾ ਆਪਦਾ ਖੁਦ ਦਾ ਲਾਰਜ ਫਾਰਮ ਜਿਹਦੇ 'ਚ ਗਾਵਾਂ ਪੱਕੀਆਂ ਦੁੱਧ 'ਤੇ ਵੀ ਲੱਗੀਆਂ ਹੋਈਆਂ, ਪਰ ਆਪਾਂ ਜਿਹੜੀ ਵੀਡੀਓ ਬਣਾਉਂਦੇ ਹਾਂ ਉਹਦੇ 'ਚ ਸਾਰੇ ਪਸ਼ੂ ਵਿਕਰੀ ਵਾਲੇ ਹੀ ਹੁੰਦੇ ਆ। ਸੋ ਸ਼੍ਰੀ ਕ੍ਰਿਸ਼ਨਾ ਡੇਅਰੀ ਫਾਰਮ ਸਾਹਮਣੇ ਤੁਸੀਂ ਐਡਰੈਸ ਜਿਹੜਾ ਉਹ ਬਾਈ ਹੋਰਿਆਂ ਦਾ ਲਿਖਿਆ ਪੜ੍ਹ ਸਕਦੇ ਹੋ, ਪਰ ਨਾਮ ਲਿਖਿਆ ਹੋਇਆ ਅਤੇ ਆਲ ਇੰਡੀਆ ਦੇ ਵਿੱਚ ਇਹਨਾਂ ਤੋਂ ਗਾਵਾਂ ਵਿਕ ਕੇ ਜਾਂਦੀਆਂ। ਅੱਜ ਜਿਹੜੀ ਵੀਡੀਓ ਬਣਾਵਾਂਗੇ ਇਹਦੇ 'ਚ ਟੋਟਲ 11 ਨਾਗ ਦਿਖਾਉਣੇ ਆ, 7 ਗਾਵਾਂ ਗੱਭਣ ਅਤੇ 4 ਸੂਈਆਂ ਸਵਾਈਆਂ। ਵੈਸੇ ਪਸ਼ੂ ਬਹੁਤ ਹੁੰਦੇ ਆ, ਕੈਮਰਾ ਇੱਕ ਵਾਰ ਮਾਰ ਦਿਆਂਗੇ ਦੂਜੇ ਪਸ਼ੂਆਂ 'ਤੇ, ਪਰ ਜਿਹੜਾ ਮੇਨ ਵੀਡੀਓ ਬਹੁਤੀ ਲੰਬੀ ਵੀ ਨਾ ਜਾਵੇ ਅਤੇ ਭਰਾ ਸਾਰੇ ਜਿਹੜੇ ਉਹ ਵੀਡੀਓ ਦੇਖਦੇ ਹੋ ਦੇਖ ਲੈਣ ਉਹਨੂੰ ਐਂਡ ਤੱਕ, ਤਾਂ ਤੁਹਾਨੂੰ 11 ਗਾਵਾਂ ਦਿਖਾ ਦੂੰਗਾ। 7 ਗੱਭਣ ਇਸ ਸਾਈਡ 'ਤੇ ਖੜੀਆਂ, 4 ਸੂਈਆਂ ਸਵਾਈਆਂ ਅਲੱਗ ਹੈ, ਉਹਨਾਂ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਆਓ ਮਿਲਦੇ ਹਾਂ ਬਾਈ ਨੂੰ, ਪਹਿਲਾਂ ਗੱਭਣ ਗਾਵਾਂ ਬਾਰੇ ਜਾਣਕਾਰੀ ਲੈਂਦੇ ਹਾਂ। ਵੀਰ ਵਰਿੰਦਰ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਅੱਜ ਆਪਾਂ 11 ਨਗ ਦਿਖਾ ਰਹੇ ਹਾਂ। ਹਾਂਜੀ ਹਾਂਜੀ। ਸੂਈਆਂ ਵੀ 4 ਹੈ ਤੋਂ ਬਿਨਾਂ ਹੋਰ ਕਿੰਨੀਆਂ ਖੋਣਗੀਆਂ? ਤਕਰੀਬਨ ਆਪਣੇ ਕੋਲ ਅੱਜ ਹੈਗੇ ਜੀ 20 ਤੋਂ ਪਲੱਸ ਐਨੀਮਲ ਹੈਗੇ ਨੇ ਜੀ ਅੱਜ। 20 ਪਲੱਸ ਹੈਗੇ ਆ। ਹਾਂਜੀ ਹਾਂਜੀ ਠੀਕ ਹੈ। ਗੱਭਣ ਆਪਾਂ ਹੁਣ 7 ਦਿਖਾਉਣੀਆਂ ਜਿਹੜੀਆਂ ਉੱਪਰ ਵਧੀਆਂ ਵੀ ਹਨ। ਹਾਂਜੀ। ਰੇਟ ਕੀ ਰਹਿਣਗੇ, ਕੀਮਤ ਅੰਦਾਜ਼ਨ ਕੀਮਤ? ਰੇਟ ਭਾਅ ਜੀ ਅੱਜ ਦਾ ਸਟਾਰਟਿੰਗ ਪ੍ਰਾਈਸ ਹੈਗਾ ਜੀ 65,000 ਰੁਪਇਆ ਜੀ। ਠੀਕ ਹੈ। ਅਤੇ ਜ਼ਿਆਦਾ ਤੋਂ ਜ਼ਿਆਦਾ ਆਪਣੇ ਕੋਲ 81 ਤੱਕ ਦੀ ਗਾਂ ਹੈਗੀ ਹੈ ਜੀ ਅੱਜ। ਠੀਕ ਹੈ, 65 ਤੋਂ ਲੈ ਕੇ 81 ਤੱਕ ਦੀ ਗਾਂ, ਜਿੱਦਾਂ ਦੀ ਕੋਈ ਪਸੰਦ ਕਰੂਗਾ ਆ ਕੇ ਦੇਖ ਲੂਗਾ। ਹਾਂਜੀ ਹਾਂਜੀ। ਜਿਹੜੀਆਂ ਸੂਈਆਂ ਸਵਾਈਆਂ ਉਹਨਾਂ ਦੇ ਰੇਟ ਆਪਾਂ ਦੱਸ ਦਿਆਂਗੇ। ਹਾਂਜੀ, ਉਹਨਾਂ ਦੇ ਰੇਟ ਆਪਾਂ ਅਲੱਗ ਤੋਂ ਦੱਸ ਦਾਂਗੇ ਜੀ। ਠੀਕ ਹੈ। ਹਾਂਜੀ। ਸੋ ਦੋਸਤੋ, ਗੱਭਣਾ ਬਾਰੇ ਜਾਣਕਾਰੀ ਲੈਣੀ ਬਾਈ, ਪਹਿਲੇ ਨੰਬਰ 'ਤੇ ਗਾਂ ਖੜੀ ਹੈ, ਕਿੰਨਵਾਂ ਸੂਆ ਸੂਗੀ ਅਤੇ ਟਾਈਮ ਕਿੰਨਾ ਬਾਕੀ? ਭਾਅ ਜੀ ਛਿੱਗੀ ਆ ਜੀ ਦੰਦੋਂ। ਠੀਕ ਹੈ। ਦੂਜੇ ਸੂਏ ਸੂਣਾ ਜੀ, ਆਪਣੇ ਘਰ ਦੀ ਵੈੜ ਹੈ ਜੀ ਇਹ। ਠੀਕ ਹੈ। ਤਕਰੀਬਨ 30-32 ਕਿਲੋ ਦੁੱਧ ਆਪਾਂ ਚੋਇਆ ਜੀ ਇਹਦਾ। ਠੀਕ ਹੈ। ਅਤੇ ETD ਦੇ ਸੈਕਸ਼ਨ ਸੀਮਨ ਤੋਂ ਪ੍ਰੈਗਨੈਂਟ ਹੈ ਜੀ ਹੁਣ। ਠੀਕ ਹੈ। ਅਤੇ ਤਕਰੀਬਨ 25-26 ਦਿਨ ਰਹਿੰਦੇ ਨੇ ਹਜੇ ਜੀ। 25-26 ਦਿਨ ਬਾਕੀ ਹੈ। ਹਾਂਜੀ। ਸੋ ਦੋਸਤੋ, ਗਾਂ ਨੂੰ ਦੇਖ ਸਕਦੇ ਹੋ ਤੁਸੀਂ, 25-26 ਦਿਨ ਬਾਕੀ ਹੈ ਦੋਸਤੋ, ਚੰਗੀ ਚਮਕ ਹੈ ਗਾਂ ਦੇ ਵਿੱਚ। ਦੂਜਾ ਸੂਆ ਬਾਈ ਦੱਸਦਾ ਵੀ ਇਹਨੇ ਸੂਣਾ ਹੈ, ਫਾਰਮ ਦੇ ਵਿੱਚ ਹੀ ਰਹੀ ਹੈ ਇਹਨਾਂ ਦੇ ਕੋਲ, ਇੱਥੇ ਆਪਦੇ ਫਾਰਮ ਦੇ ਵਿੱਚ ਰਹੀ ਹੈ ਇਹ ਦੁੱਧ 'ਤੇ। ਮੈਂ ਮੋੜ ਲਓ ਵੀਰੇ, ਹਵਾਨਾ ਬਣਾਉਣਾ ਸ਼ੁਰੂ ਕਰਤਾ ਦੱਸੋ, ਹਜੇ 25-26 ਦਿਨ ਬਾਕੀ ਆ, ਕੱਚੀ ਗਾਂ ਜਿਹੜੀ ਹੈ ਉਹ ਤੁਹਾਡੀ ਸਮਝ 'ਚ ਆਉਣੀ ਚਾਹੀਦੀ ਹੈ, ਅਤੇ ਉਹ ਵੀ ਰਹਿ ਕੇ ਕੰਟੈਕਟ ਬਾਈ ਹੋਰਾਂ ਨਾਲ ਬਣਾ ਸਕਦਾ। ਬਾਹਰ ਦਾ ਗਾਹਕ ਬਹੁਤਾ ਆਉਂਦਾ ਕਰਕੇ ਕੱਚੇ ਪਸ਼ੂ ਇੱਥੇ ਆਮ ਮਿਲ ਜਾਂਦੇ ਆ, ਕਿਉਂਕਿ ਉਹਨਾਂ ਨੇ ਪਸੰਦ ਕਰਨੇ ਹੁੰਦੇ ਆ। 2 ਨੰਬਰ 'ਤੇ ਜਿਹੜੀ ਗਾਂ ਬਾਈ ਵੀ ਜੀ, ਇਹਦਾ ਤਕਰੀਬਨ 27-28 ਕਿਲੋ ਦੁੱਧ ਪਾਇਆ ਹੋਇਆ ਜੀ। ਠੀਕ ਹੈ। ਚੌਗੀ ਆ ਜੀ, ਸਿਗਰੇ ਦਾ ਚੱਕਦੀ ਹੈ ਜੀ। ਠੀਕ ਹੈ। ਤਕਰੀਬਨ 15 ਦਿਨ ਰਹਿੰਦੇ ਨੇ ਜੀ। 15 ਦਿਨ ਬਾਕੀ ਹੈ ਜੀ। ਐਡਰ ਦੀ ਫਿਟਨੈਸ ਬਹੁਤ ਆ ਜੀ, ਅਗਾੜੀ ਗੂੜੀ ਬੜੀ ਚੰਗੀ ਹੈ ਜੀ ਜਾਨਵਰ। ਠੀਕ ਹੈ। ਹੋਰ ਦੱਸੋ, ਇਹ ਵੀ ਸੁਣ ਤੋ ਬਾਈ ਖੋਲ ਦੇ ਮੇਰੇ, ਦੇਖੋ ਗਾਂ ਨੂੰ, ਦੂਜਾ ਸੂਆ ਹੀ ਇਹਨੇ ਸੂਣਾ ਹੈ, 15 ਦਿਨ ਬਾਕੀ ਹੈ। ਥਣ ਹੱਥੀਂ ਚਵਾਈ ਵਾਲਾ, ਹਵਾਨੇ ਦੀ ਜਿਹੜੀ ਫਿਟਨੈਸ ਦੀ ਬਾਈ ਨੇ ਗੱਲ ਕੀਤੀ ਸੀ ਉਹ ਤੁਹਾਨੂੰ ਵੀ ਨਜ਼ਰ ਆਊਗੀ। ਵਾਲੇ 15 ਦਿਨਾਂ ਦੀ ਕੱਚੀ ਗਾਂ ਦਾ ਹਵਾਨਾ ਹੈ, ਅਗਾੜੀ ਬੜੀ ਚੰਗੀ ਹੈ। ਦੱਸੋ ਅੱਗੇ ਨੂੰ ਹਵਾਨਾ ਚੰਗਾ, ਥਣ ਚਾਰੇ ਇੱਕੋ ਜਿਹੇ ਹੈ, ਅਤੇ ਥਣ ਦਾ ਸਾਈਜ਼ ਵੀ ਬਿਲਕੁਲ ਪਰਫੈਕਟ ਜਿਹਾ ਦਿਸਦਾ, ਨਾ ਤਾਂ ਲੰਬਾ ਥਣ ਹੈ ਅਤੇ ਨਾ ਛੋਟਾ ਰਹੂਗਾ ਇਹ। ਸੋ ਇਹ 2 ਨੰਬਰ ਦੇ ਉੱਤੇ ਤੁਸੀਂ ਇਸ ਗਾਂ ਨੂੰ ਦੇਖ ਸਕਦੇ ਹੋ। ਇਹਦੂ ਬਾਅਦ 'ਚ 3 ਨੰਬਰ ਵਾਲੀ ਗਾਂ ਬਾਰੇ ਆਪਾਂ ਬਾਈ ਤੋਂ ਜਾਣਕਾਰੀ ਲੈਂਦੇ ਹਾਂ। ਜਿਹੜੀ 3 ਨੰਬਰ 'ਤੇ ਗਾਂ ਬਾਈ ਵੀ ਜੀ, 10 ਕੁ ਦਿਨ ਰਹਿ ਗਏ ਬਸ ਜੀ ਇਹਦੇ। ਠੀਕ ਹੈ। ਤਕਰੀਬਨ 27-28 ਕਿਲੋ ਇਹਦਾ ਵੀ ਦੁੱਧ ਪਾਇਆ ਹੋਇਆ ਜੀ। ਠੀਕ ਹੈ। ਹਾਂਜੀ, ਬਸ ਤਿਆਰੀਆਂ 'ਚ ਹੈ ਜੀ ਇਹ। ਠੀਕ ਹੈ। ਹਫ਼ਤੇ 10 ਦਿਨ ਦੇ ਵਿੱਚ ਵਿੱਚ ਸੂਪੂਗੀ ਜੀ ਇਹ। ਓਕੇ। ਹਾਂਜੀ। ਸੋ ਇਹ 3 ਨੰਬਰ ਗਾਂ ਦੱਸੋ, ਜਿਹੜੀਆਂ ਉੱਪਰ ਖੜੀਆਂ ਗਾਵਾਂ ਉਹਨਾਂ ਦੇ ਵਿੱਚੋਂ ਤੁਹਾਨੂੰ ਦਿਖਾ ਰਹੇ ਹਾਂ। ਹਵਾਨਾ ਦੇਖ ਸਕਦੇ ਹੋ, ਥਾਣ ਇਹਦਾ ਵੀ ਹੱਥੀਂ ਚਵਾਈ ਵਾਲਾ, ਇੱਥੋਂ ਹੀ ਮੋੜ ਲਾ ਬਈ ਤੂੰ। ਸੋ ਨੰਬਰ ਵਾਈਜ਼ ਤੁਹਾਨੂੰ ਦੱਸਦਾ ਜਾਊਂਗਾ, ਬਾਕੀ ਤੁਸੀਂ ਪਸ਼ੂ ਜਿਹੜਾ ਪਸੰਦ ਹੋਊਗਾ ਉਹਦੀ ਤਸੱਲੀ ਆ ਕੇ ਕਰ ਲਉਂਗੇ। ਬੰਦੇ
ਸੋ ਸੂਣ ਦੀਆਂ ਦੱਸੋ ਲਗਭਗ ਤਿਆਰੀਆਂ ਹਫ਼ਤਾ ਲੈ ਸਕਦੀ ਹੈ, ਪਹਿਲਾਂ ਵੀ ਸੂ ਸਕਦੀ ਹੈ ਕਿਉਂਕਿ ਰੁੱਖ ਜਿਹੜਾ ਬਣਿਆ ਖੜ੍ਹਾ। ਹੱਥੀਂ ਚਵਾਈ ਵਾਲਾ ਥਾਣੇ ਦਾ ਵੀ ਹਵਾਨੇ 'ਚ ਸਪੇਸ ਬੜੀ ਪਈ ਆ, ਜੇ ਢਿੱਲੋਵੇਂ ਦਿਸਦੀ ਹੈ। ਬਾਕੀ ਇਹਦਾ ਵੀ ਅੱਗੇ ਨੂੰ ਹਵਾਨਾ ਤੁਸੀਂ ਇੱਥੋਂ ਦੇਖ ਸਕਦੇ ਹੋ। ਇਹ ਤੋਂ ਬਾਅਦ 'ਚ ਇੱਕ ਹੋਰ ਵੈਡ ਤੁਹਾਨੂੰ ਦਿਖਾਉਂਦੇ ਹਾਂ ਬਾਈ, ਕਿੰਨਵਾਂ ਸੂਆ ਇਹ? ਪਹਿਲੇ ਸੂਏ ਜੀ, ਦੋ ਦੰਦ ਵੱਛੀ ਹੈ ਜੀ। ਠੀਕ ਹੈ, ਤਕਰੀਬਨ 3-4 ਦਿਨ ਰਹਿੰਦੇ ਨੇ ਸੂਣ 'ਚ ਜੀ। ਠੀਕ ਹੈ, ਆਰਡਰ ਪੂਰਾ ਫਿੱਟ ਹੈ ਜੀ, ਤਕਰੀਬਨ 25 ਕੁ ਲੀਟਰ ਦੁੱਧ ਪਾ ਜੂਗੀ ਪਹਿਲੇ ਸੂਏ। ਠੀਕ ਹੈ, ਹਾਂਜੀ, ਖੋਲੀ ਬਾਈ ਨੂੰ। 4 ਨੰਬਰ 'ਤੇ ਦੱਸੋ, 2 ਦੰਦ ਪਹਿਲਾ ਸੂਆ, 3-4 ਦਿਨ ਲਊਗੀ, ਹਵਾਨਾ ਬਹੁਤ ਸੋਹਣਾ ਕਰ ਗਈ, ਸਾਈਜ਼ ਵੀ ਜਿਹੜਾ ਉਹ ਹੁਣ ਲਗਭਗ ਫਿਕਸ ਹਵਾਨਾ ਦੱਸਦਾ। ਉਹ ਗੇਟ ਵੱਲ ਨੂੰ ਲੈ ਜਾਣੀ, ਲਿਆ ਕਮਾਲ। ਜਦੋਂ ਇਹ ਮਿਲਕਿੰਗ 'ਤੇ ਆ ਜਾਣੀ ਹੈ ਦੋਸਤੋ, ਤਾਂ ਹਵਾਨਾ ਇਹਦਾ ਹੋਰ ਤੁਹਾਨੂੰ ਚੌੜਾ ਨਜ਼ਰ ਆਊਗਾ, ਕਿਉਂਕਿ ਭਲੂਣ ਜਿਹੜੀ ਸਵੈਲਿੰਗ ਥੋੜ੍ਹੀ ਬਹੁਤ ਹੈਗੀ ਹੈ, ਉਹ ਵੀ ਛੇਤੀ ਚੱਕੀ ਜਾਣੀ ਹੁੰਦੀ ਹੈ ਸੂਣ ਤੋਂ ਬਾਅਦ 'ਚ ਪਸ਼ੂ 'ਤੇ, ਅਤੇ ਹਵਾਨੇ ਦੀ ਅਟੈਚਮੈਂਟ ਜਿਹੜੀ ਉਹ ਪ੍ਰੋਪਰ ਨਜ਼ਰ ਆਊਗੀ। ਜਿਹੜਾ ਥੋੜ੍ਹਾ ਬਹੁਤ ਢਿੱਲਾ ਹਵਾਨਾ ਦੱਸਦਾ, ਇਹਨੇ ਸੂੰਦੀ ਨੇ ਕਰਮਾਲੀ ਨੇ ਭਰ ਜਾਣਾ। ਸੋ ਵੈਡ 4 ਨੰਬਰ ਦੇ ਉੱਤੇ ਸੀਗੀ, ਇਹ ਤੋਂ ਬਾਅਦ 'ਚ 5 ਨੰਬਰ ਦੇ ਉੱਤੇ ਗਾਂ ਖੜੀ ਇੱਕ, ਕਿੰਨਵਾਂ ਸੂਆ ਬਾਈ? ਜੀ, ਦੂਜੇ ਸੂਏ ਹੈ ਜੀ। ਠੀਕ ਹੈ, ਪ੍ਰੋਪਰ ਛਿੱਗੀ ਹੈ ਜੀ। ਠੀਕ ਹੈ, ਆਰਡਰ ਦੀ ਕੁਆਲਿਟੀ ਤੁਸੀਂ ਦੇਖ ਲਓ, ਪੂਰਾ ਐਨ ਸੋਹਣਾ ਤਿਆਰ ਕਰਦੀ ਆਉਂਦੀ ਹੈ ਜੀ, 1 ਹਫ਼ਤਾ ਰਹਿੰਦਾ ਪੂਰਾ ਜੀ, 1 ਹਫ਼ਤਾ ਬਾਕੀ ਹੈ। ਹਾਂਜੀ, ਠੀਕ ਹੈ ਬਾਈ, ਖੋਲੀ ਇਹਨੂੰ ਵੀ। ਦੁੱਧ 32-33 ਲੀਟਰ ਪਾਇਆ ਜੀ, 35 ਲੀਟਰ ਤੋਂ ਪਲੱਸ ਦੁੱਧ ਪਾ ਦੂਗੀ ਐਤਕੀ ਜੀ। ਠੀਕ ਹੈ, ਸੋ 1 ਹਫ਼ਤਾ ਲੈਂਦੀ ਹੈ ਸੂਣ 'ਚ ਮਿਲਕ ਵੇਨਾ, ਅਤੇ ਆਰਡਰ ਦੀ ਬਰੀਕਨੈਸ ਬਹੁਤ ਹੈ ਜੀ। ਇੱਥੋਂ ਹੀ ਕਮਾਲ, ਉਹ ਕੀਮਤ ਆਈਡੀਆ ਦੇ ਤਾ ਦੋਸਤੋ, 65,000 ਵਾਲੀ ਗਾਂ ਵੀ ਇਸ ਟਾਈਮ ਮੌਜੂਦ ਆ ਫਾਰਮ ਦੇ ਉੱਤੇ, ਅਤੇ 1,80,000 ਤੱਕ ਦੀ ਗਾਂ ਵੀ ਇੱਥੇ ਹੈਗੀ ਹੈ। ਸੋ ਇਸ ਤੋਂ ਬਾਅਦ 'ਚ ਤੁਹਾਨੂੰ 6 ਨੰਬਰ ਦੇ ਉੱਤੇ ਗਾਂ ਦਿਖਾਉਣੇ ਆ, ਫਿਰ 7 ਨੰਬਰ ਵਾਲੀ ਤੋਰਾਂਗੇ, ਅਤੇ ਫਿਰ 4 ਆਉਣਗੀਆਂ ਜਿਹੜੀਆਂ ਸੂਈਆਂ ਸਵਾਈਆਂ ਗਾਂ। ਵੀ ਜੀ, ਇਹ ਵੀ ਪੂਰੀ 6 ਦੰਦ ਹੈ ਜੀ, ਤਕਰੀਬਨ 20-22 ਦਿਨ ਰਹਿੰਦੇ ਨੇ ਸੂਣ ਦੇ ਬੱਚੀ ਦੇ ਜੀ। ਠੀਕ ਹੈ, ਅਤੇ 35-36 ਲੀਟਰ ਦੁੱਧ ਪਾਇਆ, 40-42 ਲੀਟਰ ਨੂੰ ਹੱਥ ਲਾ ਦੂ ਐਤਕੀ ਜੀ। ਕੱਦ ਘੱਟ ਬਹੁਤ ਹੈ ਜੀ, ਲੰਬੀ ਬਹੁਤ ਹੈ, ਬਰੀਡ ਬਹੁਤ ਹੈ। ਸਹੀ, ਸੋ ਇਹ ਵੀ ਤੁਹਾਨੂੰ ਖੋਲ੍ਹ ਕੇ ਦਿਖਾ ਦਿੰਦੇ ਹਾਂ। 6 ਨੰਬਰ ਦੇ ਉੱਤੇ ਇਹਦਾ ਹਜੇ ਟਾਈਮ ਪਿਆ ਸੂਣ ਦੇ ਵਿੱਚ, ਬਰੀਡ ਕੁਆਲਿਟੀ ਦੇਖ ਲਓ, ਥਣਾਂ ਦੀ ਬਣਾਵਟ ਜਾਂ ਹਵਾਨੇ ਦੀ ਤੁਸੀਂ ਜਿਹੜੇ ਹਵਾਨੇ ਦਾ ਡਿਜ਼ਾਇਨ ਹੈ ਉਹ ਦੇਖ ਸਕਦੇ ਹੋ ਕਿੱਦਾਂ ਦਾ ਲੱਗਦਾ। ਕਮਾਲਾ ਬਾਈ, ਚੰਗਾ ਦੁੱਧ ਦੇਊਗੀ ਬਾਈ, ਕਹਿੰਦਾ ਵੀ ਇਹ ਤਿਆਰ ਫੁੱਲ ਹੋ ਜਾਣਾ, ਇਹਨੇ ਹਜੇ ਟਾਈਮ ਬਾਕੀ ਹੈ। ਜਾਨੂ ਭਾਅ ਜੀ, ਇਹਨੇ ਸੂਣਾ ਪੂਰਾ ਵਧੀਆ ਮੌਸਮ ਹੋ ਜਾਣਾ ਜੀ। ਸਹੀ ਹੈ, ਹਾਂਜੀ। ਜਿਹੜੀ ਇਦੋਂ ਅੱਗੇ ਬਾਈ ਵੱਡੀ ਗਾਂ? ਭਾਅ ਜੀ, ਦੂਜੇ ਸੂਏ ਜੀ, ਇਹ ਵੀ ਪ੍ਰੋਪਰ 6 ਦੰਦ ਹੈ ਜੀ ਹਜੇ। ਠੀਕ ਹੈ, ਤਕਰੀਬਨ 55 ਲੀਟਰ ਦੇ ਲਗਭਗ ਦੁੱਧ ਪਾਇਆ ਹੋਇਆ ਵੈਡ ਦਾ ਜੀ। ਠੀਕ ਹੈ, ਅਤੇ ਤਕਰੀਬਨ 25-26 ਦਿਨ ਲੈਂਦੀ ਹੈ ਜੀ ਸੂਣ 'ਚ ਜੀ। 25-26 ਦਿਨਾਂ ਦੇ ਹਜੇ ਕੱਚੀ ਹੈ। ਹਾਂਜੀ, ਹਾਂਜੀ, ਠੀਕ ਹੈ, ਖੋਲੀ ਬਾਈ ਨੂੰ। ਫੁੱਲ ਵੱਡੇ ਢਾਂਚੇ ਦੀ ਗਾਂ ਜੀ। ਸਹੀ, ਸੋ ਦੇਖੋ ਦੋਸਤੋ ਗਾਂ ਨੂੰ ਤੁਸੀਂ, ਕਮਾਲ ਹੈ ਇੱਥੋਂ ਢਾਂਚਾ ਦੇਖੋ ਦੱਸੋ ਗਾਂ ਦਾ। ਬਾਕੀ ਫੁੱਲ ਲੰਬਾਈ ਮਿਲਕ ਵੇਨ ਤਾਂ ਫੁੱਲ ਮੋਟੀ ਇਹਦੇ ਆਉਂਦੀ ਹੈ, ਕਮਾਲ ਹੈ ਇੱਥੋਂ ਬੰਨ੍ਹ ਲਈ ਜਾ ਕੇ। ਸੋ ਵਜਨ ਇਹਦਾ ਦੇਖ ਸਕਦੇ ਹੋ ਦੱਸੋ, ਮਿਲਕ ਵੇਨ ਦੋਨਾਂ ਸਾਈਡ ਤੋਂ ਇੱਕੋ ਜਿਹੀ ਆਉਂਦੀ ਹੈ, ਫੁੱਲ ਹੈਵੀ ਵੇਟ ਵਾਲੀ ਇਹ ਗਾਂ ਜਿਹੜੀ ਤੁਹਾਨੂੰ 7ਵੇਂ ਨੰਬਰ 'ਤੇ ਦਿਖਾ ਰਹੇ ਹਾਂ। ਇਹ ਤੋਂ ਬਾਅਦ ਤੁਹਾਨੂੰ ਦਿਖਾਉਣੀਆਂ ਸੂਈਆਂ ਸਵਾਈਆਂ ਗਾਵਾਂ 4-11 ਟੋਟਲ ਨਗ ਦਿਖਾਉਣੇ ਸੀਗੇ। ਵੈਸੇ ਕੈਮਰਾ ਮਾਰ ਦੂੰਗਾ, ਹੋਰ ਪਸ਼ੂ ਜਿਹੜੇ ਖੜ੍ਹੇ ਉਹਨਾਂ 'ਤੇ ਵੀ ਨਿਗਾਹ ਵੱਜੂਗੀ ਤੁਹਾਨੂੰ, ਕਿੰਨੇ ਕੁ ਪਸ਼ੂ ਇਸ ਟਾਈਮ ਬਾਈ ਕੋਲ ਜਿਹੜੇ ਵਿਕਰੀ ਵਾਲੇ ਮੌਜੂਦ ਹੈ।
ਇਹ ਉਹ ਤਿੰਨ ਚਾਰ ਗਾਵਾਂ ਦੋਸਤੋ ਜਿਹੜੀਆਂ ਤੁਹਾਨੂੰ ਦਿਖਾਉਣੀਆਂ, ਚਾਰੇ ਸੂਈਆਂ ਸਵਾਈਆਂ ਅਲੱਗ ਤੋਂ ਵੱਧੀਆਂ, ਇੱਧਰ ਹੀ ਤੋਰ ਕੇ ਤੁਹਾਨੂੰ ਦਿਖਾ ਦਿਆਂਗੇ। ਅਤੇ ਜਿਹੜਾ ਇਹ ਤੋਂ ਬਿਨਾਂ ਗੱਲ ਕੀਤੀ ਸੀ ਵੀ ਨਾਗ 20 ਤੋਂ ਪਲੱਸ ਹੈ, ਤਾਂ ਕੁਛ ਗਾਵਾਂ ਤੁਸੀਂ ਹੋਰ ਦੇਖ ਲਓ ਜਿਹੜੀਆਂ ਇੱਥੇ ਵਿਕਰੀ ਵਾਲੀਆਂ ਖੜੀਆਂ। ਇਹ ਇੱਥੇ ਹੋਰ ਨਾਗ ਜਿਹੜੇ ਹੈ ਪਰਲੇ ਪਾਸੇ ਵੀ ਪਸ਼ੂ ਫਿਰਦੇ ਆ, ਹਾਲਾਂਕਿ ਕੁਛ ਪਸ਼ੂ ਘਰ ਦੇ ਵੀ ਹੈ, ਪਰ ਇੱਕ ਵਾਰ ਪਰਲੀ ਸਾਈਡ ਦੇ ਉੱਤੇ ਤੁਹਾਨੂੰ ਪਾਈਪਾਂ ਲੱਗੀਆਂ ਦਿਸਦੀਆਂ ਨੇ, ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਉਹਦੇ ਕਰਕੇ ਘਰ ਦੇ ਪੱਕੇ ਪਸ਼ੂ ਜਿਹੜੇ ਵਾਈ ਹੋ ਰਹੇ ਨੇ ਕੁਛ ਉਰਲੇ ਪਾਸੇ ਨੂੰ ਛਾਂਟਤੇ ਅਤੇ ਕੁਛ ਘਟਾਤੇ, ਕਿਉਂਕਿ ਜਦੋਂ ਇਹ ਫਾਰਮ ਦਾ ਵੱਖਰਾ ਰੂਪ ਤਿਆਰ ਹੋ ਜਾਣਾ, ਪਰਲੇ ਪਾਸੇ ਪਾਈਪਾਂ ਲੱਗੀ ਜਾਂਦੀਆਂ ਜਿਹੜੀਆਂ ਨਵੀਆਂ, ਤਾਂ ਉਸ ਡਿਜ਼ਾਇਨ ਦੇ ਵਿੱਚ ਇਹ ਫਾਰਮ ਬਣਨਾ, ਅਤੇ ਫਿਰ ਦੁਬਾਰਾ ਤੋਂ ਪਸ਼ੂ ਦੁੱਧ ਵਾਲੇ ਜਿਹੜੇ ਉਹ ਵਧਾਉਣਗੇ ਬਾਈ ਹੋਰੀ। ਉਹ ਜਿਹੜੀਆਂ ਸੂਈਆਂ ਸਵਾਈਆਂ ਗਾਵਾਂ, ਇਹਨਾਂ ਦੇ ਵਿੱਚ ਇੱਕ ਹੀ ਵੱਛੀ ਵਾਲੀ ਗਾਂ ਹੈ, ਪਹਿਲੇ ਨੰਬਰ 'ਤੇ ਖੜੀ, ਇੱਧਰਲੇ ਪਾਸੋਂ ਬਲੈਕ ਰੰਗ ਦੇ ਵਿੱਚ, ਇਹਦੀ ਡਿਟੇਲ ਪੁੱਛਦੇ ਹਾਂ ਬਾਈ। ਕਿੰਨਵਾਂ ਸੂਆ ਸੂਈ ਹੈ ਇਹ ਜੀ? 6 ਦਾ ਆਉਂਦਾ ਜੀ, ਦੂਜੇ ਸੂ ਸੂਈ ਹੈ ਜੀ। ਕਿੰਨਾ ਚਿਰ ਹੋ ਗਿਆ ਸੂਈ? ਇਹ ਪਰਸੋਂ ਰਾਤ ਦੀ ਸੂਈ ਹੋਈ ਹੈ ਜੀ, ਤਕਰੀਬਨ 8-9 ਵਜੇ ਦੀ। ਠੀਕ ਹੈ, ਤਕਰੀਬਨ ਅੱਜ ਇਹਦੇ ਕੋਲ 35-36 ਲੀਟਰ ਬੋਲੀ ਬੋਲੀ ਤਿਆਰ ਹੈ ਜੀ। ਬੱਚਾ ਇਹਦੇ ਨਾਲ ਵੱਛੀ ਹੈ? ਵੱਛੀ ਹੈ ਜੀ ਇਹਦੇ ਨਾਲ। ਠੀਕ ਹੈ, ਆਰਡਰ ਦੀ ਕੁਆਲਿਟੀ ਤੁਸੀਂ ਫਿਟਨੈਸ ਦੇ ਸਕਦਾ, ਪੂਰਾ ਐਂ ਦੁੱਧ ਵਾਲਾ ਆਰਡਰ ਹੈ ਜੀ। ਠੀਕ ਹੈ, ਸੀਲ ਠੰਡੀ ਇੰਨੀ ਕੁ ਜ਼ਿਆਦਾ ਜੀ, ਬੇਹੱਦ। ਅੱਛਾ, ਇਹਦਾ ਰੇਟ ਕੀ ਰਹਿਣਾ ਬਾਈ? ਇਹ ਰੇਟ ਭਾਅ ਜੀ 1,55,000 ਦੀ ਬੈਡ ਦੇ ਦਾਂਗੇ ਜੀ। ਠੀਕ ਹੈ, ਜੇ ਕਿਸੇ ਨੇ ਮਿਲਕਿੰਗ ਕਰਕੇ ਦੇਖਣੀ ਆ, 4 ਟਾਈਮ ਆਪਣੇ ਕੋਲ ਰਹਿ ਕੇ ਮਿਲਕਿੰਗ ਕਰਕੇ ਦੇ ਸਕਦਾ ਜੀ। ਠੀਕ ਹੈ, ਹਾਂਜੀ। ਸੋ ਦੱਸੋ, ਰਹਿਸ਼ ਦਾ ਪ੍ਰਬੰਧ ਇੱਥੇ ਫੁੱਲ ਹੈ, ਮੈਂ ਪਹਿਲਾਂ ਵੀ ਇਹ ਗੱਲ ਦੱਸੀ ਹੈ, ਗਾਂ ਦੇ ਨਾਲ ਬੱਚਾ ਫੀਮੇਲ ਕਾਫ ਵੱਛੀ ਨੂੰ ਇਹਨੇ ਜਨਮ ਦਿੱਤਾ ਹੈ। ਹਵਾਨਾ ਜਿਹੜਾ ਉਹ ਬੜਾ ਜ਼ਬਰਦਸਤ ਦਿਸਦਾ, ਕਿਉਂਕਿ ਫਿਟਿੰਗ ਵਾਲਾ ਹਵਾਨਾ, ਖੁੱਚਾਂ ਤੋਂ ਉੱਤੇ ਹੈ, ਮਤਲਬ ਆਕਾਰ ਤਾਂ ਜਦੋਂ ਦੁੱਧ ਜ਼ਿਆਦਾ ਤਾਂ ਸਾਈਜ਼ ਵੱਡਾ ਹੀ ਰਹਿਣਾ ਹਵਾਨੇ ਦਾ। ਬਰੀਡ ਕੁਆਲਿਟੀ ਦੇਖ ਸਕਦੇ ਹੋ, ਰੰਗ ਜ਼ਰੂਰ ਬਲੈਕ ਹੈ, ਇਹਦੇ ਨਾਲ ਬੱਚਾ ਵੀ ਫੀਮੇਲ ਕਾਫ ਹੈ, ਵੱਛੀ ਨੂੰ ਇਹਨੇ ਜਨਮ ਦਿੱਤਾ। ਬਾਈ ਇਹ ਕਿਹੜਾ ਹੋਰ ਕਢਾਈ? ਬਾਈ ਇਹਦੀ ਜਿਹੜੀ ਵੱਛੀ ਹੈ ਉਹ ਇਸੇ ਰੰਗ 'ਚ ਆ ਜਾਂ ਡੱਬੀ ਹੈ? ਬਿਲਕੁਲ ਬਲੈਕ ਹੈ ਜੀ ਭਾਅ ਜੀ। ਠੀਕ ਹੈ ਭਾਅ ਜੀ, ਇਹਦਾ ਕਲਰ ਨਹੀਂ ਇਹ 'ਚ ਮੈਟਰ ਕਰਦਾ ਜੀ, ਇਹਦੀ ਬੇਲ ਦੇਖੋ ਕਿੱਡੀ ਹੈ ਜੀ। ਸਹੀ ਹੈ, ਬੇਲ ਦੇ ਡੱਬੇ 'ਚ ਐਡੀ ਗਾਂ ਜੀ, ਲੰਬਾਈ ਦੇਖ ਸਕਦੇ ਹੋ ਗਾਂ ਦੀ, ਇਹੀ ਚੀਜ਼ਾਂ ਚੰਗੇ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਹੈ। ਅਤੇ ਫੁੱਲ ਬਰੀਕ ਹੈ, ਮਤਲਬ ਮੋਟਾ ਮਾਸ ਕਿਤੇ ਵੀ ਨਜ਼ਰ ਨਹੀਂ ਆਉਣਾ ਤੁਹਾਨੂੰ। ਲੰਬਾਈ ਦੇਖੋ, ਪਸਲੀਆਂ ਦੀ ਬਣਾਵਟ ਦੇਖ ਸਕਦੇ ਹੋ, ਦੂਰ ਤੋਂ ਦਿਸਦੀਆਂ, ਚਮਕ ਫੁੱਲ ਹੈ ਗਾਂ ਦੇ ਵਿੱਚ, ਇਹ ਨਹੀਂ ਵੀ ਕੋਈ ਲਿੱਸੀ ਫਿੱਕੀ ਹੋਊਗੀ। ਉਹ ਹਵਾਨਾ ਵੀ ਤੁਸੀਂ ਦੇਖੋ, 1,55,000 ਰੇਟ। ਆਪਣੀ ਵੀਡੀਓ ਭਾਅ ਜੀ ਲਗਭਗ ਹੁਣ ਹਰ ਹਫ਼ਤੇ ਆਉਂਦੀ ਹੈ ਜੀ, ਜੇ ਇੱਕ ਹਫ਼ਤਾ ਆਪਣੇ ਕੋਲ ਰਹਿ ਗਈ ਜੀ, ਠੀਕ ਹੈ, ਆਉਂਦੇ ਹਫ਼ਤੇ ਤੁਹਾਨੂੰ 45 ਲੀਟਰ ਮਿਲਕਿੰਗ ਕਰਵਾ ਕੇ ਦੇਵਾਂਗੇ ਜੀ ਇਹ। ਠੀਕ ਹੈ, ਹਾਂਜੀ। ਸੋ ਇੱਕ ਹਫ਼ਤੇ ਨੂੰ ਬਾਈ ਕਹਿੰਦਾ ਵੀ ਜੇ ਇਹ ਰੁਕ ਗਈ ਤਾਂ 45 ਲੀਟਰ ਚੁਆਈ ਕਰਵਾ ਕੇ ਵੀ ਦੇ ਦਿਆਂਗੇ। ਹਵਾਨਾ ਵਾਕਈ ਬੜਾ ਅਟੈਚ, ਅੱਗੋਂ ਬੜਾ ਭਰਿਆ ਹੋਇਆ ਹਵਾਨਾ ਦਿਸਦਾ। ਸੋ ਦੁੱਧ ਜਿਹੜਾ ਉਹ ਭਾਵੇਂ 4 ਟਾਈਮ ਚੋਲਿਓ, ਇਹ ਤੁਹਾਨੂੰ ਗੱਲ ਪਹਿਲਾਂ ਹੀ ਬਾਈ ਨੇ ਐਡ ਕਰਤੀ, ਸੋ ਉਹ ਤੁਸੀਂ ਤਸੱਲੀ ਕਰੋਗੇ, ਤੁਸੀਂ ਹਿੰਮਤ ਕਰਨੀ ਹੈ। ਇੱਕ ਹੋਰ ਵੈਡ ਇਦੋਂ ਅੱਗੇ ਸੂਈ ਸਵਾਈ ਬਾਈ, ਜਿਹੜੀ ਇੱਧਰ 2 ਨੰਬਰ 'ਤੇ ਵੈਡ ਹੈ, ਇਹਨਾਂ ਤਾਂ ਇਦੋਂ ਅਗਲੀਆਂ ਤਾਂ ਤਿੰਨਾਂ ਨਾਲ ਬੱਚੇ ਮੇਲ ਕਾਫੀ ਹੈ। ਹਾਂਜੀ, ਇਹ ਬੱਚੇ ਨੇ ਜੀ, ਬਿਲਕੁਲ। ਠੀਕ ਹੈ, ਕਿੰਨਾ ਚਿਰ ਹੋ ਗਿਆ ਇਹਨੂੰ ਸੂਈ? ਇਹ ਭਾਅ ਜੀ ਪਰਸੋਂ ਸੁਬਾਹ ਦੀ ਸੂਈ ਹੈ ਜੀ। ਇਹਦੇ ਥੱਲੇ ਦੁੱਧ ਹੁਣ ਕਿੰਨਾ ਹੋਊ? ਤਕਰੀਬਨ 24-25 ਕਿਲੋ ਬੌਲੀ ਹੈ ਜੀ ਥੱਲੇ, ਅੱਜ ਸੁਬਾਹ ਦੀ ਬੌਲੀ ਤੋਂ ਖਾਲੀ ਹੈ ਜੀ ਇਹ, ਬਿਲਕੁਲ। ਠੀਕ ਹੈ, ਆਰਡਰ ਇਹਦਾ ਵੀ ਪੂਰਾ ਫਿਕਸ ਹੈ ਜੀ, ਲੰਬਾਈ ਅੱਗੇ ਬੇਰਾ ਗਾਂ ਨੂੰ ਅਗਾੜੀ ਬੜੀ ਚੰਗੀ ਹੈ ਜੀ। ਠੀਕ ਹੈ, ਕੀ ਰੇਟ ਰਹਿਣਾ ਇਹਦਾ ਬਾਈ? ਰੇਟ ਭਾਅ ਜੀ ਅੱਜ ਇਹ ਦੇ ਦਾਂਗੇ 1,35,000 ਦੀ ਜੀ। ਠੀਕ ਹੈ, ਖੋਲੀ ਬਾਈ, 1,35,000 ਦੀ ਦੱਸੋ। ਇਹਦੇ ਨਾਲ ਬੱਚਾ ਮੇਲ ਕਾਫ ਹੈ, ਦੁੱਧ 24 ਕਿਲੋ, ਬਾਈ ਕਹਿੰਦਾ ਵੀ ਬੌਲਾ ਪਰਸੋਂ ਦੀ ਸੂਈ ਥੱਲੇ ਹੈਗਾ। ਹਵਾਨਾ ਇਹਦਾ ਵੀ ਫਿਕਸ ਜਿਹਾ ਹੀ ਹੈ, ਅੱਗੇ ਨੂੰ ਹਵਾਨਾ ਚੰਗਾ, ਢਾਂਚੇ ਚੰਗੇ ਦੀ ਹੈ। ਬਾਕੀ ਪਾਸ ਜਿਹੜਾ ਉਹ ਥਣ ਹਵਾਨੇ ਵਾਲੇ ਪੱਖ ਤੋਂ ਉਹ ਤੁਸੀਂ ਕਰ ਲੈਣੀ ਆ ਕੇ, ਜਿਹੜਾ ਵੀਰ ਚੋ ਕੇ ਦੇਖੂਗਾ। ਥੋੜ੍ਹੀ ਭਲੂਣ ਹਵਾਨੇ ਦੇ ਉੱਤੇ ਜ਼ਰੂਰ ਦਿਸਦੀ ਹੈ, ਬਾਕੀ ਥਣ ਦਾ ਸਹਿਜ ਜਿਹੜਾ ਉਹ ਤੁਸੀਂ ਇਹਨੂੰ ਜਦੋਂ ਬੱਚਾ ਲਾਓਗੇ ਪਸਮਾਓਗੇ ਤਾਂ ਉਦੋਂ ਕਲੀਅਰ ਹੋ ਜਾਣਾ। ਬੰਦੇ ਬਾਈ ਲਿਆ, ਸੋ ਇਹਦੇ ਨਾਲ ਮੇਲ ਕਾਫ ਹੈ, ਇਸ ਵਾਰ ਇਹਨੇ ਵੱਛੇ ਨੂੰ ਜਨਮ ਦਿੱਤਾ। 1,35,000 ਰੇਟ, ਦੁੱਧ 24 ਕਿਲੋ ਤਿਆਰ ਮਿਲ ਜੂਗਾ ਤੀਜਾ ਚੌਥਾ ਦਿਨ।
ਇਹ ਤੋਂ ਅੱਗੇ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ, ਦੱਸੋ ਬਾਈ ਇਹ ਕਦੋਂ ਕਦੀ ਸੂਈ ਹੈ ਗਾਂ? ਭਾਜੀ ਕੱਲ੍ਹ ਸੁਬਹਾ ਦੀ ਸੂਈ ਹੈ ਜੀ, ਕੱਲ੍ਹ ਸੁਬਹਾ ਵੱਛੇ ਨੇ ਉਹਨੇ ਜਨਮ ਦਿੱਤਾ ਜੀ। ਠੀਕ ਹੈ, ਤਕਰੀਬਨ 20 ਤੋਂ ਪਲੱਸ ਬਾਉਲੀ ਹੈ ਜੀ ਇਹ ਥੱਲੇ। ਠੀਕ ਹੈ, ਹਾਂਜੀ ਹਾਂਜੀ, ਥਣ ਦਾ ਸਾਈਜ਼ ਬੜਾ ਚੰਗਾ ਜੀ, ਆਰਡਰ ਪੂਰਾ ਕੁਆਲਿਟੀ ਵਾਲਾ ਜੀ। ਰੇਟ ਇਹਦਾ ਕੀ ਰਹਿਣਾ ਬਾਈ? ਰੇਟ ਭਾਜੀ ਇਹ ਦੇ ਦਾਂਗੇ 1,20,000 ਦੀ ਜੀ। ਠੀਕ ਹੈ, ਤੁਰ ਦਈਏ ਨੂੰ। ਸੋ ਦੋਸਤੋ 1,20,000 ਦੀ ਇਹ ਗਾਂ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ, ਥਣ ਹੱਥੀਂ ਚੁਆਈ ਵਾਲੇ ਹੈ, ਢਾਂਚਾ ਤੁਰਦੀ ਤੋਂ ਤੁਸੀਂ ਦੇਖ ਲਓਗੇ। ਕੱਲ੍ਹ ਸੁਬਹਾ ਦੀ ਸੂਈ 20 ਲੀਟਰ ਬਾਉਲੀ ਇਸ ਟਾਈਮ ਹੋਊਗੀ। ਹਵਾਨਾ ਇਹਦਾ ਵੀ ਫਿਕਸ ਜਿਹਾ ਹੀ ਆ, ਉੱਪਰੋਂ ਚੰਗਾ ਜੁੜਿਆ ਹੋਇਆ ਹੈ, ਖੁੱਚਾਂ ਤੋਂ ਉੱਤੇ ਹੈ, ਥਣ ਜ਼ਰੂਰ ਖੁੱਚਾਂ ਦੇ ਬਰਾਬਰ ਆਉਂਦੇ ਆ, ਪਰ ਹਵਾਨਾ ਇਹਨੂੰ ਜੇ ਆਪਾਂ ਵੇਖੀਏ ਤਾਂ 4 ਉਂਗਲਾਂ ਉੱਪਰ ਹੀ ਰੁਕ ਜਾਂਦਾ, ਜਿਹੜਾ ਪਸ਼ੂ ਦੇ ਬੈਕ ਸਾਈਡ ਵਾਲੇ ਗੋਡੇ ਹੁੰਦੇ ਆ ਉਹਨਾਂ ਤੋਂ ਉੱਤੇ ਰਹਿ ਜਾਂਦਾ। ਸੋ ਹਵਾਨਾ ਫਿਕਸ ਮੰਨਾਂਗੇ ਇਹਨੂੰ ਆਪਾਂ, ਆਕਾਰ ਵੀ ਸੋਹਣਾ ਅਤੇ ਥਣ ਵੀ ਸੋਹਣਾ। ਫੁੱਲ ਬਰੀਡ ਦੀ ਗਾਂ ਜੀ, 30-32 ਕਿਲੋ ਦੁੱਧ ਪਹਿਲੀ ਪਲੂਣ ਦਾ ਪਾਇਆ ਹੋਇਆ ਜੀ। ਠੀਕ ਹੈ, ਮਿਲਕਵੇਨਾ ਇੱਧਰੋਂ ਦੇਖੋ ਜੀ, ਕਿੱਥੋਂ ਮਿਲਕਵੇਨਾ ਆਉਂਦੀਆਂ ਨੇ, ਗੁੰਦੀਆਂ ਪਈਆਂ ਨੇ। ਸਹੀ ਹੈ ਬਾਈ, ਸੋ ਪੂਰੀ ਮੋਟੀ ਅੰਗੂਠੇ ਜਿੰਨੀ ਮੋਟੀ ਮਿਲਕਵੇਨ ਸ਼ੁਰੂ ਤੋਂ ਆਉਂਦੀ ਹੈ ਜੀ। ਇਦੋਂ ਅੱਗੇ ਜਿਹੜੀ ਲਾਸਟ ਉੱਤੇ ਗਾਂ ਬਾਈ, ਇਹ ਬੱਚੀ ਚੌਗੀ ਹੈ ਜੀ, ਹਜੇ ਛਿੱਕ ਚੱਕਦੀ ਹੈ ਜੀ। ਠੀਕ ਹੈ, ਤਕਰੀਬਨ ਇਹ ਵੀ ਕੱਲ੍ਹ ਦੀ ਦੁਪਹਿਰ ਦੀ ਸੂਈ ਹੋਈ ਹੈ ਜੀ, ਹਜੇ ਬਾਉਲੀ ਤੋਂ ਖਾਲੀ ਨਹੀਂ ਹੋਈ ਜੀ ਇਹ। ਠੀਕ ਹੈ, ਹਾਂਜੀ, ਇਹਦਾ ਰੇਟ ਕੀ ਰਹਿਣਾ ਬਾਈ? ਇਹ ਰੇਟ ਦੇਣਾਗੇ ਅੱਜ 1,25,000 ਦੀ ਜੀ। ਖੋਲੀ ਬਾਈ, 1,25,000 ਕੱਲ੍ਹ ਦੁਪਹਿਰ ਦੀ ਸੂਈ ਹੈ, ਭਲੂਣ ਤੁਹਾਨੂੰ ਹਵਾਨੇ 'ਤੇ ਨਜ਼ਰ ਆਉਂਦੀ ਹੋਣੀ ਹੈ, ਇੱਥੋਂ ਦਿਸਦੇ ਆ ਥੱਲੇ ਪਾਸੇ ਵੱਟ ਪੈਂਦੇ। ਇਹ ਜਿਹੜੀ ਸਵੈਲਿੰਗ ਹੁੰਦੀ ਹੈ ਨਾ, ਵਾਈਵਾਦੀ ਪਸ਼ੂ ਨੂੰ ਹੋ ਜਾਂਦੀ ਹੈ ਸੂਣ ਤੋਂ ਪਹਿਲਾਂ, ਜਦੋਂ ਇਹ ਲਹਿ ਜਾਂਦੀ ਹੈ ਫਿਰ ਹਵਾਨੇ ਦੀ ਜਿਹੜੀ ਐਕਚੁਅਲ ਦੇ ਵਿੱਚ ਸ਼ੇਪ ਹੈ ਉਹ ਸਮਝ ਆਉਣ ਲੱਗ ਜਾਂਦੀ ਹੈ। ਆਕਾਰ ਫੁੱਲ ਚੌੜਾ ਹੈ, ਪਰ ਹਜੇ ਜਦੋਂ ਭਲੂਣ ਲੱਥੂਗੀ ਪੂਰਾ ਦੁੱਧ ਨਾ ਭਰਨ ਲੱਗ ਜਾਣਾ ਹਵਾਨਾ, ਤਾਂ ਫਿਰ ਹੋਰ ਵੀ ਸੋਹਣੀ ਲੱਗੂਗੀ। ਜਿੰਨਾ ਪਿੱਛੋਂ ਹਵਾਨਾ ਦਿਸਦਾ ਉਹ ਤੋਂ ਜ਼ਿਆਦਾ ਚੌੜਾ ਅੱਗੋਂ ਹਵਾਨਾ ਇਹਦਾ, ਬਾਕੀ ਉਹ ਵੀਡੀਓ 'ਚ ਜੱਜਮੈਂਟ ਹੁੰਦੀ ਹੋਣੀ ਹੈ। ਭਲੂਣ ਹਜੇ ਧੁੰਨੀ ਕੋਲ ਵੀ ਹੈਗੀ ਹੈ ਇਹਦੇ, ਕਿਉਂਕਿ ਸੂਈ ਹਜੇ ਕੱਲ੍ਹ ਹੀ ਹੈ ਵੈਡ। 4 ਦੰਦ ਦੱਸੋ ਬਾਈ ਦੱਸਦਾ, ਤੁਸੀਂ ਹਵਾਨੇ ਦੀ ਬਣਾਵਟ ਦੇਖ ਸਕਦੇ ਹੋ, ਢਾਂਚਾ ਤੁਸੀਂ ਦੇਖ ਲਓ। ਬਾਕੀ ਜਿਹੜਾ ਭਰਾ ਕੋਈ 2-4 ਗਾਵਾਂ ਰੱਖਦਾ, ਇੱਕ ਜ਼ਰੂਰ ਜੇ ਪੋਸੀਬਲ ਹੈ ਤਾਂ ਮਿਲਕਿੰਗ ਮਸ਼ੀਨ ਖਰੀਦੋ, ਚੰਗੇ ਬ੍ਰਾਂਡ ਦੀ ਖਰੀਦੋ ਜਿਹਦੇ ਨਾਲ ਮਸਟੈਟਸ ਵਗੈਰਾ ਨਾ ਹੋਵੇ ਪਸ਼ੂਆਂ ਨੂੰ। ਜੇ ਚਵਾਈ ਕਰੋਗੇ ਤਾਂ ਆਪਦਾ ਖਰਚਾ ਮਸ਼ੀਨ ਕੱਢਦੀ ਹੈ, ਕਿਉਂਕਿ ਦੁੱਧ ਵਧਾ ਆਉਂਦੀ ਹੈ ਹਰੇਕ ਪਸ਼ੂ ਦਾ 2-3 ਕਿਲੋ। ਸੋ ਇਹ ਗਾਵਾਂ ਜਿਹੜੀਆਂ ਉਹ 4 ਸੂਈਆਂ ਸਵਾਈਆਂ ਅਤੇ 7 ਗੱਭਣ ਤੁਹਾਨੂੰ ਟੋਟਲ 11 ਨਾਗ ਸ਼੍ਰੀ ਕ੍ਰਿਸ਼ਨਾ ਡੇਅਰੀ ਫਾਰਮ 'ਚੋਂ ਦਿਖਾਏ ਹੈ। ਪਸ਼ੂ ਹੋਰ ਵੀ ਅਵੇਲੇਬਲ ਹੈ, ਅੱਜ ਜੇ ਇਹਨਾਂ 'ਚੋਂ ਕੋਈ 2 ਨਾਗ ਵਿਕਣਗੇ ਤਾਂ ਸ਼ਾਮ ਤੱਕ 4 ਨਾਗ ਹੋਰ ਵੀ ਇੱਥੇ ਆ ਜਾਣੇ ਹੈ। ਸੋ ਤੁਸੀਂ ਵਿਜਿਟ ਕਰ ਸਕਦੇ ਹੋ। ਰਹਿਸ਼ ਦਾ ਫੁੱਲ ਪ੍ਰਬੰਧ ਆ ਦੋਸਤੋ, ਇੱਥੇ ਹੀ ਰੁਕਣਾ ਤੁਸੀਂ ਫਾਰਮ ਦੇ ਵਿੱਚ, ਕਿਤੇ ਹੋਰ ਨਹੀਂ ਜਾਣ ਦੀ ਲੋੜ। ਸੋ ਇੱਥੇ ਹੀ ਤੁਸੀਂ ਰਹਿ ਕੇ ਪਸ਼ੂ ਤਸੱਲੀ ਕਰਕੇ ਖਰੀਦ ਸਕਦੇ ਹੋ। ਬਹੁਤ ਮਿਹਰਬਾਨੀ ਜਿੰਨਾ ਭਰਾਵਾਂ ਨੇ ਇਸ ਵੀਡੀਓ ਨੂੰ ਐਂਡ ਤੱਕ ਦੇਖਿਆ।